ਸੁਧਿਕਾਰਯੋਗ ਅਧਿਆਪਕ ਸਹਿਬਾਨ ਅਤੇ ਪਿਆਰੇ ਬੱਚਿਓ ਅੱਜ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੇ ਵਿੱਚ ਬੋਰਡ ਦੇ ਪੇਪਰਾਂ ਦੇ ਵਿੱਚ ਜੋ ਪ੍ਰਸ਼ਨ ਪੁੱਛੇ ਜਾਂਦੇ ਹਨ ਉਹਨਾਂ ਬਾਰੇ ਪੜਾਂਗੇ ਸਭ ਤੋਂ ਪਹਿਲਾਂ ਆਪਣੇ ਪੰਜ ਅੰਕ ਸੁੰਦਰ ਲਿਖਾਈ ਦੇ ਹੁੰਦੇ ਹਨ ਹੁਣ ਅਸੀਂ ਭਾਗ ੳ ਦੇ ਵਿੱਚ ਜੋ ਦੂਜਾ ਪ੍ਰਸ਼ਨ ਹੈ ਉਸਤੇ ਬਾਰੇ ਪੜਦੇ ਹਾਂ ਇਸ ਦੇ ਵਿੱਚ ਕਿਤਾਬ ਵਿੱਚੋਂ ਇੱਕ ਪੈਰਾ ਦਿੱਤਾ ਜਾਵੇਗਾ ਜਿਸ ਦੇ ਵਿੱਚ 5 ਬਹੁਵਿਕਲਪੀ ਪ੍ਰਸ਼ਨ ਦਿੱਤੇ ਜਾਣਗੇ ਜਿਸ ਦੇ ਤੁਸੀਂ ਪੈਰੇ ਵਿੱਚੋਂ ਲੱਭ ਕੇ ਉੱਤਰ ਦੇਣੇ ਹੋਣਗੇ ਅਤੇ ਇਹ ਪ੍ਰਸ਼ਨ ਕੁੱਲ 10 ਅੰਕਾਂ ਦਾ ਹੋਵੇਗਾ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਜੋ ਪੈਰੇ ਸਭ ਤੋਂ ਜ਼ਿਆਦਾ ਬੋਰਡ ਦੇ ਪੇਪਰਾਂ ਵਿੱਚ ਆਉਂਦੇ ਹਨ ਉਹਨਾਂ ਦੇ ਬਾਰੇ ਪੜ੍ਹਾਂਗੇ ਇਹਨਾਂ ਵਿੱਚ ਸਭ ਤੋਂ ਪਹਿਲਾ ਪੈਰਾ ਹੈ ਵੀਹ ਕੋ ਸਾਲ ਪਹਿਲਾਂ ਦੀ ਗੱਲ ਹੈ ਮੈਂ ਸੱਤ ਕੋ ਬਰੇ ਦਾ ਸਾਂ ਤੇ ਮੇਰੀ ਵੱਡੀ ਭੈਣ 11 ਬਰੇ ਦੀ ਅਸਾੜਾ ਖੇਤ ਕਰੋ ਮੇਲ ਕੋ ਦੀ ਵਿੱਤ ਤੇ ਸੀ ਅੱਧ ਵਿੱਚੋਂ ਇੱਕ ਜਰਨੈਲੀ ਸੜਕ ਲੰਘਦੀ ਸੀ ਜਿਸ ਵਿੱਚੋਂ ਜੰਗਲੀਆਂ ਪਠਾਣਾ ਰਾਸ਼ੀਆਂ ਤੇ ਹੋਰ ਪਰਦੇਸ਼ੀਆਂ ਦਾ ਕਾਫੀ ਲੰਘਾ ਸੀ ਅਸੀਂ ਸਭ ਅਈਆਂ ਜਿਨ੍ਹਾਂ ਨੂੰ ਰਾਸ਼ਿਆਂ ਤੋਂ ਘਰ ਬੈਠਿਆਂ ਵੀ ਡਰ ਆਉਂਦਾ ਸੀ ਇਸ ਸੜਕ ਵਿੱਚੋਂ ਦੀ ਕਿਸੇ ਸਿਆਣੇ ਦੇ ਸਾਥ ਤੋਂ ਬਗੈਰ ਲੰਘਣ ਤੋਂ ਬਹੁਤ ਭੈ ਖਾਂਦੇ ਸਾਂ ਪਰ ਟੰਟਾ ਇਹ ਸੀ ਕਿ ਇੱਕ ਵੇਲੇ ਬਾਪੂ ਅਤੇ ਕਾਮੇ ਦੀ ਰੋਟੀ ਫਰਾਂਣ ਜਾਣਾ ਪੈਂਦਾ ਸੀ ਅਤੇ ਸਾਡੀ ਅਵਸਥਾ ਹਰ ਰੋਜ਼ ਇੱਕ ਮੁਸ਼ਕਿਲ ਘਾਟੀ ਲੰਘਣ ਵਾਲੀ ਹੁੰਦੀ ਸੀ ਪਿਆਰੇ ਬੱਚਿਓ ਆਓ ਅਸੀਂ ਹੁਣ ਇਸ ਦੇ ਵਿੱਚੋਂ ਪ੍ਰਸ਼ਨਾਂ ਦੇ ਉੱਤਰ ਲੱਭਦੇ ਹਾਂ ਸਾਡਾ ਪਹਿਲਾ ਪ੍ਰਸ਼ਨ ਹੈ किन्ने को साल पहला दी गल है प्यारे बचियो इस दे पहली ऑप्शन है दस को साल ती को साल वी को साल चार को साल इसका सही उत्तर है ईडी ऑप्शन हैप्शन को साल साढ़ा दूसरा प्रश्न है अद विचारों केड़ी सड़क लंघती सी इसका सही उत्तर है जरनैली सड़क साढ़ा तीसरा प्रश्न है एक वेले किसकी रोटी फड़ाण ਜਰੂਰ ਜਾਣਾ ਪੈਂਦਾ ਸੀ ਇਸ ਦਾ ਸਹੀ ਉੱਤਰ ਹੈ ਬਾਪੂ ਤੇ ਕਾਮੇ ਦੀ ਸਾਡਾ ਪ੍ਰਸ਼ਨ ਨੰਬਰ 4 ਹੈ ਮੈਂ ਕਿੰਨੇ ਕੋ ਬਰਿਆਦਾ ਸੀ ਇਸ ਦਾ ਸਹੀ ਉੱਤਰ ਹੈ 7 ਕੋ ਬਰਿਆਂ ਦਾ ਸਾਡਾ ਪੰਜਵਾਂ ਪ੍ਰਸ਼ਨ ਹੈ ਅ ਸਾਡਾ ਖੇਤ ਕਰੋ ਕਿੰਨੀ ਬੇਚਤੇ ਸੀ ਇਸ ਦਾ ਸਹੀ ਉੱਤਰ ਹੈ ਮੀਲ ਕੋ ਆਓ ਅਸੀਂ ਹੁਣ ਦੂਸਰਾ ਪੈੜਾ ਪੜ੍ਹਦੇ ਹਾਂ ਤੇ ਇਸ ਵਿੱਚੋਂ ਇਸ ਪੈਰੇ ਦੇ ਕੁਐਸਚਨ ਆਨਸਰ ਲੱਭਦੇ ਹਾਂ ਸਾਡਾ ਦੂਸਰਾ ਪੈਰਾ ਹੈ ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ਤੇ ਬੈਠਣ ਤੋਂ ਪ੍ਰੰਤ ਬਹੁਤ ਸਾਰੀ ਰਚਨਾ ਕੀਤੀ ਨਾਨਾ ਗੁਰੂ ਅਮਰਦਾਸ ਜੀ ਦਾ ਦਿੱਤਾ ਵਰ ਬੋਤਾ ਬਾਣੀ ਦਾ ਬੋਤਾ ਬਿਲਕੁਲ ਸੱਦ ਸਿੱਧ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 5894 ਸ਼ਬਦਾਂ ਵਿੱਚੋਂ 2218 ਸ਼ਬਦ ਆਪ ਜੀ ਦੀ ਹੀ ਰਚਨਾ ਹਨ ਉਹਨਾਂ ਦੀ ਬਾਣੀ ਦਾ ਪ੍ਰਮੁੱਖ ਵਿਸ਼ਾ ਰੱਬੀ ਪ੍ਰੇਮ ਪਿਆਰ भगती सिमरन से डूगी जीवन जांच वाला है सुखमनी साहब आप जी शाहकार रचना है इस विच बहुत ही सरल ढंग भगत ब्रह्म गयानी जीवन जुगत आदि बारे अपने विचार पेश किते हुए हान। उस समय प्रचलित संत भाषा ब्रिज भाषा रेखता हिंदुस्तानी गाथा सहस्कृति ਪੰਜਾਬੀ ਤੇ ਲਹਿੰਦੀ ਸਭ ਬਨਗਿਆਂ ਦੀਆਂ ਭਾਸ਼ਾਵਾਂ ਵਿੱਚ ਆਪ ਦੀ ਰਚਨਾ ਮਿਲਦੀ ਹੈ ਆਪ ਨੇ 30 ਰਾਗਾਂ ਵਿੱਚ ਬਾਣੀ ਰਚੀ ਆਪ ਸੰਗੀਤ ਤੇ ਰਾਗਾਂ ਦੀ ਪੂਰੀ ਮੁਹਾਰਤ ਰੱਖਦੇ ਸਨ ਸਰੰਦਾ ਉਹਨਾਂ ਦਾ ਮਨਪਸੰਦ ਸਾਜ਼ ਸੀ ਪਿਆਰੇ ਬੱਚਿਓ ਆਓ ਅਸੀਂ ਹੁਣ ਇਸ ਪੈਰੇ ਦੇ ਪ੍ਰਸ਼ਨ ਉੱਤਰ ਕਰਦੇ ਹਾਂ ਇਸ ਪੈਰੇ ਦਾ ਪਹਿਲਾ ਪ੍ਰਸ਼ਨ ਹੈ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਦਾ ਕੀ ਨਾਮ ਸੀ इसका सही उत्तर है श्री गुरु अमरदास जी साडा दूसरा प्रश्न है गुरु अमरदास जी ने आप वर दिता इसका सही उत्तर है दोहता बाणी का बोहता साड़ा तीसरा प्रश्न है श्री गुरु ग्रंथ साहब जी किस दी रचना है इसका सही उत्तर है श्री गुरु अर्जन देव जी दी साडा चौथा प्रश्न है उन्होंने बाणी का प्रमुख विषय की सी इस सही उत्तर है ਰੱਬੀ ਪ੍ਰੇਮ ਭਗਤੀ ਸਾਡਾ ਪੰਜਵਾਂ ਪ੍ਰਸ਼ਨ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਕਿਹੜੀ ਹੈ ਇਸ ਦਾ ਸਹੀ ਉੱਤਰ ਹੈ ਸੁਖਮਨੀ ਸਾਹਿਬ ਪਿਆਰੇ ਬੱਚਿਓ ਆਓ ਅਸੀਂ ਹੁਣ ਤੀਸਰਾ ਪੈਰਾ ਪੜ੍ਹ ਕੇ ਉਸ ਦੇ ਪ੍ਰਸ਼ਨ ਉੱਤਰ ਲੱਭਦੇ ਹਾਂ ਡਾਕਟਰ ਮਹਿੰਦਰ ਸਿੰਘ ਰੰਧਾਵਾ ਦਾ ਜਨਮ 2 ਫਰਵਰੀ 1909 ਈਸਵੀ ਨੂੰ ਪਿਤਾ ਸ਼ੇਰ ਸਿੰਘ ਜੀ ਦੇ ਘਰ ਜੀਰਾ ਵਿਖੇ ਹੋਇਆ ਉਹਨਾਂ ਦਾ ਜੱਦੀ ਪਿੰਡ ਪਿੰਡ ਬੋਦਲਾ ਜ਼ਿਲ੍ਹਾ ਹੁਸ਼ਿਆਰਪੁਰ ਹੈ 1924 ਈਸਵੀ ਵਿੱਚ ਖਾਲਸਾ ਹਾਈ ਸਕੂਲ ਮੁਕਸਰ ਤੋਂ 10ਵੀਂ ਅਤੇ ਗਵਰਨਮੈਂਟ ਕਾਲਜ ਲਾਹੌਰ ਤੋਂ 1930 ਈਸਵੀ ਵਿੱਚ ਐਮ ਐਸ ਸੀ ਕਰਨ ਪਿੱਛੋਂ 1934 ਈਸਵੀ ਵਿੱਚ ਲੰਡਨ ਆਈ ਸੀ ਐਸ ਦੀ ਪ੍ਰਤੀਯੋਗਤਾ ਪਾਸ ਕੀਤੀ ਉਸ ਪਿੱਛੋਂ ਆਪ ਉੱਤਰ ਪ੍ਰਦੇਸ਼ ਦਿੱਲੀ ਹਰਿਆਣਾ ਅਤੇ ਪੰਜਾਬ ਵਿੱਚ ਵੱਖ-ਵੱਖ ਉੱਚੇ ਅਹੁਦਿਆਂ ਉਤੇ ਕੰਮ ਕਰਦੇ ਰਹੇ ਫਿਰ ਆਪ ਨੂੰ ਚੰਡੀਗੜ੍ਹ ਦਾ ਮੁੱਖ ਕਮਿਸ਼ਨਰ ਲਾਇਆ ਗਿਆ ਬਾਅਦ ਵਿੱਚ ਇੱਕ ਹਾਰਸੇ ਲਈ ਆਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਬਣੇ ਆਪ ਵੱਲੋਂ ਬਨਸਪਤੀ ਵਿਗਿਆਨ ਦੇ ਸੰਬੰਧ ਵਿੱਚ ਕੀਤੀ ਖੋਜ ਉੱਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਆਪ ਨੂੰ ਡਾਕਟੋਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ ਆਓ ਬੱਚਿਓ ਅਸੀਂ ਹੁਣ ਇਸ ਪੈਰੇ ਤੇ ਪ੍ਰਸ਼ਨ ਉੱਤਰ ਪੜ੍ਹਦੇ ਹਾਂ साडा पहला प्रश्न है डॉक्टर रंधावा का जन्म कित हो इसका सही उत्तर है जीरा सा दूसरा प्रश्न है डॉक्टर रंधावा ने दसवीं कि साल पास की इसका सही उत्तर है उन्नीस सौ चौबीस साडा तीसरा प्रश्न है डॉक्टर रंधावा मुख कमिश्नर कि शहर लगाया गया इसका सही उत्तर है चंडीगढ़ साौथा प्रश्न है ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ ਪੰਜਾਬ ਯੂਨੀਵਰਸਿਟੀ ਤੋਂ ਕਿਹੜੀ ਡਿਗਰੀ ਪ੍ਰਾਪਤ ਕੀਤੀ ਇਸ ਦਾ ਸਹੀ ਉੱਤਰ ਹੈ ਡਾਕਟੋਰੇਟ ਸਾਡਾ ਪੰਜਵਾਂ ਪ੍ਰਸ਼ਨ ਹੈ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੇ ਪਿਤਾ ਜੀ ਦਾ ਕੀ ਨਾਮ ਸੀ ਇਸ ਦਾ ਸਹੀ ਉੱਤਰ ਹੈ ਸ਼ੇਵ ਸਿੰਘ ਪਿਆਰੇ ਬੱਚਿਓ ਆਓ ਅਸੀਂ ਹੁਣ ਆਪਣਾ ਅਗਲਾ ਪੈਰਾ ਪੜ੍ਹਦੇ ਹਾਂ ਅਤੇ ਉਸ ਦੇ ਕੁਸ਼ਨ ਆਨਸਰ ਲੱਭਦੇ ਹਾਂ ਰੂਪਨਗਰ ਦਾ ਪਹਿਲਾ ਨਾਂ ਰੂਪੜ ਸੀ 16 ਨਵੰਬਰ 1976 ਈਸਵੀ ਨੂੰ ਸ਼ਹਿਰ ਅਤੇ ਜ਼ਿਲ੍ਹੇ ਦਾ ਨਾਮ ਰੋਪੜ ਤੋਂ ਰੂਪਨਗਰ ਕਰ ਦਿੱਤਾ ਗਿਆ ਉਦੋਂ ਗਿਆਨੀ ਜੈਲ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਸਨ ਇਹ ਸ਼ਹਿਰ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿੱਚ ਵਸਿਆ ਹੋਇਆ ਹੈ ਸਤਲੁਜ ਦਰਿਆ ਇਸ ਦੇ ਕੋਲੋਂ ਵਹਿਦਾ ਹੈ ਇਸ ਦਰਿਆ ਵਿੱਚੋਂ ਕੱਢੀ ਗਈ ਸਰਹੰਦ ਨਹਿਰ ਵੀ ਇੱਥੋਂ ਹੀ ਬਹਿਣਾ ਆਰੰਭ ਕਰਦੀ ਹੈ ਵਿਸਤ ਦੁਆਬ ਨਾਂ ਦੀ ਇੱਕ ਹੋਰ ਨਹਿਰ ਦਰਿਆ ਦੇ ਦੂਜੇ ਕਿਨਾਰੇ ਤੋਂ ਕੱਢੀ ਗਈ ਹੈ ਦੁਆਬੇ ਦੇ ਕੁਝ ਭਾਗਾਂ ਨੂੰ ਇਸ ਦਾ ਪਾਣੀ ਜਾਂਦਾ ਹੈ ਨੰਗਲ ਪਾਖੜਾ ਡੈਮ ਤੋਂ ਕੱਢੀ ਗਈ ਪਾਖੜਾ ਨਹਿਰ ਵੀ ਰੂਪਨਗਰ ਦੇ ਕੋਲੋਂ ਲੰਘਦੀ ਹੈ ਰੂਪਨਗਰ ਵਿਖੇ ਸਤਲੁਜ ਦਰਿਆ ਦੇ ਪਾਣੀ ਨੂੰ ਲੋੜ ਅਨਸਾਰ ਨਹਿਰਾਂ ਵਿੱਚ ਭੇਜਣ ਲਈ ਹੈਡ ਵਰਕਸ ਬਣਾਇਆ ਗਿਆ ਹੈ

रूपनगर का पहला सही उत्तर है रोपड़ साडा दूसरा प्रश्न है रूपनगर शहर कि पहाड़ियां के पैरों में बसया हो इसका सही उत्तर है शिवालिक साडा तीसरा प्रश्न है कि दरिया रूपनगर को बहता है इसका सही उत्तर है सतलुज साडा चौथा प्रश्न है रूपनगर शहर का ना किस कारण ढुकव है इसका सही उत्तर है सुंदरता ਸਾਡਾ 5ਵਾਂ ਪ੍ਰਸ਼ਨ ਹੈ ਰੋਪੜ ਦਾ ਨਾਮ ਬਦਲਣ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੌਣ ਸਨ ਇਸ ਦਾ ਸਹੀ ਉੱਤਰ ਹੈ ਗਿਆਨੀ ਜੈਲ ਸਿੰਘ ਜੀ ਪਿਆਰੇ ਬੱਚਿਓ ਆਓ ਅਸੀਂ ਹੁਣ ਅਗਲੇ ਪੈਰੇ ਦੇ ਪ੍ਰਸ਼ਨ ਉੱਤਰ ਪੜ੍ਹਦੇ ਹਾਂ ਆਪ ਦਾ ਜਨਮ ਮੁਲਤਾਨ ਦੇ ਇੱਕ ਨਿੱਕੇ ਜਿਹੇ ਪਿੰਡ ਕੋਠੀਵਾਲ ਵਿੱਚ ਪਿਤਾ ਸ਼ੇਖ ਜਮਾਲਉਦੀਨ ਦੇ ਘਰ ਮਾਤਾ ਕੁਰਸਮ ਦੀ ਕੁੱਖੋਂ 1173 ਈਸਵੀ ਵਿੱਚ ਹੋਇਆ ਮੁਦਲੀ ਵਿਦਿਆ ਹਾਸਲ ਕਰਕੇ ਆਪ ਮੁਲਤਾਨ ਚਲੇ ਗਏ ਤੇ ਉੱਥੇ 5-7 ਸਾਲ ਪੜਦੇ ਰਹੇ ਇੱਥੋਂ ਫਰੀਦ ਜੀ ਕਈ ਵਾਰ ਦਿੱਲੀ ਵੀ ਗਏ ਅਤੇ ਕਿੰਨਾ ਅਰਸਾ ਹਾਂਸੇ ਹਸਾਰ ਵਲ ਤਪੱਸਿਆ ਕਰਦੇ ਰਹੇ ਅਖੀਰ ਉਹਨਾਂ ਸਤਲੁਜ ਕੰਡੇ ਪਾਕਪਟਨ ਆ ਨਿਵਾਸ ਕੀਤਾ ਉਹਨਾਂ ਦੀ ਪਵਿੱਤਰ ਰੂਹਾਨੀ ਜ਼ਿੰਦਗੀ ਤੇ ਤਿਆਗ ਵਿਰਾਗ ਵਾਲੀ ਰਹਿਣੀ ਸਹਿਣੀ ਵੇਖ ਕੇ ਆਪ ਦੇ ਮੁਰਸ਼ਿਦ ਬਖਤੀਆਰ ਕਾਕੀ ਇੰਨੇ ਪ੍ਰਸੰਨ ਹੋਏ ਕਿ ਉਹਨਾਂ ਆਪਣੀ ਗੱਦੀ ਹੀ ਫਰੀਦ ਜੀ ਦੇ ਹਵਾਲੇ ਕਰ ਦਿੱਤੀ ਇਸ ਜ਼ਿੰਮੇਵਾਰੀ ਨੂੰ ਉਹਨਾਂ ਲਗਾਤਾਰ 32 ਸਾਲ ਨਿਭਾਇਆ ਅਤੇ ਆਪਣੇ ਸੇਵਕਾਂ ਨੂੰ ਮੁਹੱਬਤ ਤੇ ਮਦੁਰਤਾ ਦਾ ਉਪਦੇਸ਼ ਦਿੱਤਾ ਪਿਆਰੇ ਬੱਚਿਓ ਅਸੀਂ ਹੁਣ ਪੈਰੇ ਦੇ ਪ੍ਰਸ਼ਨ ਉੱਤਰ ਕਰਦੇ ਹਾਂ ਸਾਡਾ ਪਹਿਲਾ ਪ੍ਰਸ਼ਨ ਹੈ ਬਾਬਾ ਫਰੀਦ ਜੀ ਦਾ ਜਨਮ ਕਿੱਥੇ ਹੋਇਆ ਇਸ ਦਾ ਸਹੀ ਉੱਤਰ ਹੈ ਪਿੰਡ ਕੋਠੀਵਾਲ ਵਿਖੇ साढ़ा दूसरा प्रश्न है बाबा फरीद जी के पिता जी कौन सन इसका सही उत्तर है शेख जमालुद्दीन साढ़ा तीसरा प्रश्न है आप देता जी का नाम लिखो इसका सही उत्तर है माता कुरसम साढ़ा चौथा प्रश्न है मुल्तान तो फरीद जी कई बार किथे गए इसका सही उत्तर है दिल्ली साढ़ा पांचवा प्रश्न है फरीद जी ने कि तपस्या की इसका सही उत्तर है ਕਾਂਸੀ ਸਾਰੀ ਵਕੀਾਰੇ ਬੱਚਿਓ ਆਓ ਅਸੀਂ ਹੁਣ ਅਗਲਾ ਪੈਰਾ ਪੜ੍ਹ ਕੇ ਉਸਦੇ ਪ੍ਰਸ਼ਨ ਉੱਤਰ ਲੱਭਦੇ ਹਾਂ ਗਿੱਧਾ ਪੰਜਾਬ ਦੀਆਂ ਮਟਿਆਰਾਂ ਦਾ ਮਨਮੋਹਕ ਨਾਚ ਹੈ ਗਿੱਧਾ ਕਿਸੇ ਵੀ ਖੁਸ਼ੀ ਦੇ ਮੌਕੇ ਤੇ ਪਾਇਆ ਜਾ ਸਕਦਾ ਹੈ ਗਿੱਧਾ ਵਿਆਹ ਸ਼ਾਦੀਆਂ ਦੇ ਅਫਸਰ ਤੇ ਵਿਸ਼ੇਸ਼ ਤੌਰ ਤੇ ਪਾਇਆ ਜਾਂਦਾ ਹੈ ਸੌਣ ਦੇ ਮਹੀਨੇ ਵਿੱਚ ਪੰਜਾਬ ਦੀਆਂ ਮਟਿਆਰਾਂ ਇਸ ਨੂੰ ਇੱਕ ਤਿਉਹਾਰ ਦੇ ਰੂਪ ਵਿੱਚ ਮਨਾਉਂਦੀਆਂ ਹਨ ਜਿਸ ਨੂੰ ਤੀਆਂ ਦਾ ਤਿਹਾਰ ਆਖਦੇ ਹਨ ਪਿਆਰੇ ਬੱਚਿਓ ਇਸ ਪੈਰੇ ਦਾ ਪਹਿਲਾ ਪ੍ਰਸ਼ਨ ਹੈ ਗਿੱਧਾ ਕਿੱਥੋਂ ਦਾ ਲੋਕ ਨਾਚ ਹੈ ਇਸ ਦਾ ਸਹੀ ਉੱਤਰ ਹੈ ਪੰਜਾਬ ਦਾ ਸਾਡਾ ਦੂਸਰਾ ਪ੍ਰਸ਼ਨ ਹੈ ਗਿੱਧਾ ਕਿਸ ਦਾ ਲੋਕ ਨਾਚ ਹੈ ਇਸ ਦਾ ਸਹੀ ਉੱਤਰ ਹੈ ਮਟਿਆਰਾਂ ਦਾ ਸਾਡਾ ਤੀਸਰਾ ਪ੍ਰਸ਼ਨ ਹੈ ਕਿੱਦਾਂ ਕਿਹੋ ਜਿਹਾ ਲੋਕ ਨਾਚ ਹੈ ਇਸ ਦਾ ਸਹੀ ਉੱਤਰ ਹੈ ਮਨਮੋਹਕ ਦਾ ਚੌਥਾ ਪ੍ਰਸ਼ਨ ਹੈ ਗਿੱਧਾ ਕਿਸ ਮੌਕੇ ਪਾਇਆ ਜਾਂਦਾ ਹੈ इसका सही उत्तर है खुशी के मौके सावा प्रश्न है गिद्धा किस अवसर पर विशेष तौर पर पाया जाता है इसका सही उत्तर है विहद के अवसर से प्यारे बच्चों अज इस भीडियो के पैरे डिस्कस किए हैं जो बोर्ड के पेपर काफ़ी बार आए हैं तीन की तैयारी चंगे तरीके कर लेनी है होर बधेरे वी वीडियो ले इस चैनल में लाइक शेयर एंड सबसक्राइब ضرور کرو تھینک یو